ਮਾਤਾ ਹੱਡੀ ਵਾਲੀ ਮੰਮੀ ਮੇਰੀ ਆ, ਇਹਦਾ ਪਾਸਾ ਕੰਮ ਨਹੀਂ ਕਰਦਾ ਹੁੰਦਾ। ਹਾਂਜੀ ਦੱਸ ਦੇਣਾ ਕਿੱਥੇ ਆ ਤੇ ਕਿੱਥੇ ਨਹੀਂ। ਕੋਈ ਨਾ ਕੋਈ ਦਸ ਭੁੱਖ ਨਿਕਲੂਗੀ, ਟੈਨਸ਼ਨ ਨਾ ਲਓ ਬਾਲੀ। ਪਾਣੀ ਪੀਣਾ ਲਿਆਉਣਾ ਘੱਟ, ਪਾਣੀ ਪੀਣਾ ਵਾ, ਟੈਨਸ਼ਨ ਆਉਂਦੀ ਕਿਹਨੇ ਆਉਂਦੀ ਆ, ਜਿਹੜੀ ਮਾਂ ਗਵਾਚੀ ਹੋਵੇ ਨਾ ਉਹਨੂੰ ਪਤਾ ਹੁੰਦਾ ਵਾ। ਤੈਨੂੰ ਕੀ ਲੱਗੇ? ਦੱਸ ਮੈਨੂੰ ਘੱਟ ਟੈਨਸ਼ਨ, ਤੁਹਾਡੇ ਨਾਲ ਹੀ ਸਦਾਈਆਂ ਨੂੰ ਤੁਰੀ ਫਿਰਦੀ ਆਈ ਆ। ਵੱਤ ਪੱਤ ਬੋਲ ਲਿਆ ਕਿਤੇ ਨਹੀਂ ਪਤਾ ਲੱਗਾ ਉਹਦਾ, ਗਲੀ ਗਲੀ ਘੁੰਮ ਨਹੀਂ ਪੈਂਦੀ, ਹੱਦ ਹੀ ਹੋ ਗਈ ਆ। ਐਡੀ ਛੇਤੀ ਸਿਤਮ ਵੀ ਉਹ ਕਿੱਥੇ ਹੋ ਗਈ ਆ? ਜਾਣ ਪਾਣੀ ਲੈ ਡੰਡਾ। ਮਨਾ ਇਹ ਕੀ ਬਣ ਗਿਆ ਸਾਡੇ ਨਾਲ? ਮੰਮੀ ਗਈ ਤੇ ਗਈ ਕਿੱਥੇ? ਅਕਸਰ ਅਸੀਂ ਗਲੀ ਦਾ ਕੋਨਾ ਕੋਨਾ ਫੋਲ ਮਾਰ ਛੱਡਿਆ, ਕਿਹਨੂੰ ਨਹੀਂ ਪੁੱਛਿਆ ਬਾਹਰ, ਇਕੱਲੇ ਇਕੱਲੇ ਬੰਦੇ ਨੂੰ ਫੋਟੋ ਵਿਖਾ ਲਈ, ਕਿਸੇ ਨੇ ਨਹੀਂ ਮੰਮੀ ਦਾ ਹਾਂ ਭਰਿਆ ਵੀ ਮੈਂ ਵੇਖਿਆ ਮੰਮੀ ਨੂੰ, ਇਹ ਸਾਡੇ ਨਾਲ ਬਣ ਕੇ ਗਿਆ ਵਾ। ਹੁਣ ਦੱਸ ਕਿੱਥੇ ਲੱਭੀ ਮੰਮੀ ਨੂੰ? ਇਹ ਬੜੀ ਹੈਰਾਨੀ ਵਾਲੀ ਗੱਲ ਆ ਵੀ ਮੰਮੀ ਗਲੀ 'ਚੋਂ ਬਾਹਰ ਗਈ ਹੋਵੇ ਤੇ ਕਿਸੇ ਨੇ ਵੇਖਿਆ ਨਾ ਹੋਵੇ, ਇਹ ਕਿੱਦਾਂ ਹੋ ਸਕਦਾ ਵਾ? ਮੈਨੂੰ ਤਾਂ ਅਜੇ ਵੀ ਯਕੀਨ ਨਹੀਂ ਹੋ ਰਿਹਾ ਵੀ ਮੰਮੀ ਬਾਹਰ ਕਿੱਦਾਂ ਜਾ ਸਕਦੀ ਆ। ਕੋਈ ਚਾਂਸ ਨਾ ਮੰਮੀ ਨਾ ਹੋ ਗਿਆ ਹੋਵੇ, ਮੰਮੀ ਨੂੰ ਕੋਈ ਲੈ ਨਾ ਗਿਆ ਹੋਵੇ, ਭੈੜੇ ਭੈੜੇ ਖਿਆਲ ਮਨ 'ਚ ਆਉਂਦੇ ਆ। ਹੁਣ ਦੱਸ ਕਿੱਥੇ ਲੱਭੀ ਮੰਮੀ ਨੂੰ? ਐਵੇਂ ਨਾ ਇਕੱਲੇ ਗੱਲਾਂ ਕਰੀ ਜਾਓ, ਕੁਛ ਨਹੀਂ ਹੋਇਆ ਮੰਮੀ ਨੂੰ, ਰੱਬ ਨੇ ਚਾਹਿਆ ਨਾ ਤੇ ਮੰਮੀ ਜ਼ਰੂਰ ਸਾਨੂੰ ਮਿਲ ਜੂਗੀ। ਹੋ ਸਕਦਾ ਮੰਮੀ ਕਿਸੇ ਰਿਸ਼ਤੇਦਾਰ ਦੇ ਚੱਲ ਗਈ ਹੋਵੇ, ਤੁਸੀਂ ਰਿਸ਼ਤੇਦਾਰਾਂ ਨੂੰ ਫੋਨ ਕਰਕੇ ਪੁੱਛੋਗਾ ਭਲਾ ਵੀ ਮੰਮੀ ਇੱਥੇ ਤਾਂ ਨਹੀਂ ਆਈ ਕਿਤੇ। ਮੇਰੇ ਦਿਮਾਗ 'ਚ ਗੱਲ ਆਉਂਦੀ ਕਿ ਮੇਰਾ ਤਾਂ ਇਸ ਤਰ੍ਹਾਂ ਫੋਨ ਕਰਕੇ ਪੁੱਛੀਏ। ਤੁਸੀਂ ਇੱਕ ਵਾਰੀ ਉਹਨਾਂ ਨੂੰ ਫੋਨ ਕਰਕੇ ਪੁੱਛੋ ਤਾਂ ਸਹੀ ਵੀ ਭਲਾ ਮੰਮੀ ਇੱਥੇ ਆਏ ਆ। ਹੋ ਸਕਦਾ ਉਹਨਾਂ ਨੇ ਮਨਾ ਕੀਤਾ ਹੋਵੇ ਵੀ ਉਹਨਾਂ ਨੂੰ ਫੋਨ ਕਰਕੇ ਦੱਸਿਆ ਨਾ ਵੀ ਮੈਂ ਇੱਥੇ ਹਾਂ। ਤੁਹਾਨੂੰ ਪਤਾ ਤਾਂ ਹੈਗਾ ਮੰਮੀ ਦੇ ਸੁਭਾਅ ਦਾ, ਉਹ ਮੇਰੇ ਤੋਂ ਤਾਂ ਅੱਗੇ ਖਿਜੀ ਰਹਿੰਦੀ ਆ, ਕਦੀ ਕਹਿ ਦਿੰਦੀ ਆ ਮੈਨੂੰ ਸਾਂਭਦੀ ਨਹੀਂ ਆ, ਕਦੀ ਕੋਹ ਕਦੀ ਕੋਹ। ਤੁਸੀਂ ਪੁੱਛੋ ਇੱਕ ਵਾਰੀ ਮਾਮੇ ਹੋਣਾਂ ਨੂੰ। ਪਰਮਜੀਤ ਜੇ ਆਪਾਂ ਉੱਥੇ ਫੋਨ ਕਰਦੇ ਨਾ ਮਾਮੇ ਹੋਣਾਂ ਨੂੰ, ਜੇ ਮੰਮੀ ਇੱਥੇ ਨਾ ਹੋਈ ਤੇ ਫਿਰ ਨਾ ਉਲਟਾ ਸਾਨੂੰ ਕਹਿਣਾ ਨਾ ਵੀ ਤੁਸੀਂ ਮੰਮੀ ਨੂੰ ਸਾਂਭ ਨਹੀਂ ਸਕੇ। ਜੇ ਮੰਜਾ ਬੰਦਾ ਮੰਜੇ ਬਿਮਾਰ ਪਿਆ ਵਾ ਤੇ ਤੁਸੀਂ ਇਹਦੀ ਕੇਅਰ ਨਹੀਂ ਕਰ ਸਕੇ, ਕਿੱਦਾਂ ਮੰਮੀ ਚੱਲ ਗਈ ਬਾਹਰ ਉੱਠੇ? ਇੱਦਾਂ ਕਿੱਦਾਂ ਕਹਿ ਦੇਣਗੇ ਉਹ ਵੀ ਅਸੀਂ ਮੰਮੀ ਨੂੰ ਸਾਂਭ ਨਹੀਂ ਸਕਦੇ? 6-7 ਮਹੀਨੇ ਅੱਗੇ ਮੰਮੀ ਨੂੰ ਮੰਜੇ ਤੇ ਪਈ ਨੂੰ ਬੰਦਾ ਉਹਨਾਂ ਨੂੰ ਪੁੱਛੇ ਵੀ ਮੈਂ ਹੀ ਸਾਂਭਣ ਡਈ ਆ, ਹੋਰ ਕੋਈ ਲਾਂਭੋ ਆਣ ਕੇ ਤੇ ਨਹੀਂ ਸਾਂਭਣ ਡਿਆ। ਹੱਦ ਹੋ ਗਈ ਗੱਲ ਨਾਲ ਬੰਦਾ ਸਾਂਭਣੇ, ਪਰ ਜੇ ਇਸ ਤਰ੍ਹਾਂ ਫੋਨ ਕੀਤਾ ਖਲਾਰਾ ਜ਼ਿਆਦਾ ਪੈਣਾ ਹੀ ਆ। ਰਮਜੀਤ ਫਿਰ ਵੀ ਅਕਸਰ ਉਹਦੀ ਭੈਣ ਵਾ, ਜੇ ਉਹਨੂੰ ਪਤਾ ਲੱਗਿਆ ਨਾ ਮੰਮੀ ਇੱਦਾਂ ਘਰੋਂ ਗਾਇਬ ਹੋ ਗਈ, ਇੱਥੇ ਆ ਜਾਣਾ ਉਹਨਾਂ ਨੇ, ਉਹਨਾਂ ਕਹਿਣਾ ਮੰਜੇ ਦੀ ਪਈ ਆਪਣੀ ਮਾਂ ਨੂੰ ਸਾਂਭ ਸਕਦੇ ਤੁਸੀਂ, ਕੀ ਜਵਾਬ ਦੇਵਾਂਗੇ? ਤੁਸੀਂ ਇੰਨੇ ਲਾਪਰਵਾਹੀ ਨਾ ਇੱਦਾਂ ਕਿੱਦਾਂ ਕਹਿ ਦੇਣਗੇ? 6 ਮਹੀਨੇ ਹੋ ਗਏ ਮੰਮੀ ਨੂੰ ਪਈ ਨੂੰ, ਸਿਰਫ ਇੱਕ ਗੇੜਾ ਮਾਰਿਆ ਉਹਨਾਂ ਨੇ ਮਗਰ, ਹੋਵੇ ਅਗਲਿਆਂ ਦੀ ਸਕੀ ਭੈਣ ਤੇ ਪਤਾ ਲੈਣਾ ਹੁਣ। ਲੋਕੀ ਆਪਣੀ ਭੈਣ ਦੇ ਮਗਰ, ਭੈਣ ਹੋਵੇ ਚਾਹੇ ਭਰਾ ਹੋਵੇ, ਕੋਈ ਵੀ ਰਿਸ਼ਤੇਦਾਰ ਹੋਵੇ, 4-4 ਗੇੜੇ ਮਾਰਦੇ ਆ ਵੀ ਸਾਡਾ ਭੈਣ ਭਰਾ ਦੁਖੀ ਆ, ਜਾ ਕੇ ਲਾਗੇ ਬਹੀਏ, ਗੱਲਾਂ ਬਾਤਾਂ ਕਰੀਏ, ਕੋਈ ਬੋੜਿਆ ਨੀ ਮਗਰ, ਤੇ ਇਲਜ਼ਾਮ ਲਾਉਣ ਨੂੰ ਉਹ ਚੰਗੇ ਭਲੇ ਆ, ਲਾ ਕੇ ਤੇ ਦੱਸਣ ਇਲਜ਼ਾਮ, ਵੇਖੀ ਤੇ ਸਹੀ ਕਿੱਦਾਂ ਖਾਖਾਂ ਪਾੜਦੀ ਉਹਨਾਂ ਦੀਆਂ ਮੈਂ।
ਉਹ ਕੋਈ ਨਹੀਂ ਮੰਨਦਾ ਇਹਨਾਂ ਗੱਲਾਂ ਨੂੰ, ਜਿੰਨੇ ਮੂੰਹ ਓਨੀਆਂ ਗੱਲਾਂ। ਚੱਲ ਛੱਡ ਪਰੇ ਤੂੰ, ਤੂੰ ਜਾ ਸਿਰ ਪਿੰਡ ਦੀ ਗੋਲੀ ਕੋਈ ਲੱਭ ਕੇ ਲਿਆ ਮੇਰੇ ਲਈ, ਮੇਰੇ ਨਾਲ ਮੈਂ ਖਾ ਕੇ ਲੰਮਾ ਪਾਵਾਂ, ਬਹੁਤ ਸਿਰ ਪਿੰਡ ਹੋਣੀ ਟੈਨਸ਼ਨ ਆ ਨਾ ਮੇਰਾ ਸਿਰ ਹੀ ਫੜਿਆ ਜਾਣ ਡਿਆ ਜੀ। ਚੱਲ ਕੋਈ ਨਹੀਂ, ਮੈਂ ਦਵਾਈ ਤਾਂ ਤੁਹਾਨੂੰ ਲਿਆ ਦਿੰਦੀ ਹਾਂ, ਜੇ ਇੱਕ ਅੱਧਾ ਫੁਲਕਾ ਵੀ ਖਾਣਾ ਤਾਂ ਮੈਨੂੰ ਦੱਸ ਦਿਓ, ਮੈਂ ਲਿਆ ਦਿੰਦੀ ਹਾਂ। ਨਹੀਂ ਮੇਰਾ ਜੀ ਨਹੀਂ ਕਰਦਾ ਰੋਟੀ ਨੂੰ, ਮੰਮੀ ਪੰਨੀ ਕਿਹੜੇ ਹਾਲਾਤਾਂ 'ਚ ਹੋਣੀ ਆ, ਉਹਨੇ ਰੋਟੀ ਖਾਧੀ ਹੋਣੀ ਕਿ ਨਹੀਂ ਖਾਧੀ ਹੋਣੀ, ਜਿੰਨ ਜਿੰਨ ਪੁਲਿਸ ਦੱਸਦੀ ਨਹੀਂ ਮੰਮੀ ਬਾਰੇ ਕੁਛ, ਮੈਨੂੰ ਭੁੱਖ ਨਹੀਂ ਲੰਡਿਆ ਜੀ, ਨਾ ਮੈਂ ਰੋਟੀ ਜੀ ਕਰਦਾ ਨਾ ਚਾਹ ਪਾਣੀ ਜੀ ਕਰਦਾ ਜੀ। ਚੱਲ ਤੁਸੀਂ ਟੈਨਸ਼ਨ ਨਾ ਲਓ, ਰੱਬ ਸਭ ਭਲਾ ਕਰੂਗਾ, ਮੈਂ ਲਿਆ ਸੀ ਦਵਾਈ। ਯਾਰ ਲਿਆ ਗੋਲੀ ਵੀ ਵਧੀਆ ਲੱਭ ਕੇ ਲਈ, ਖਾ ਕੇ ਮੈਂ ਲੰਮਾ ਕਰੀ ਪੈ ਜਾ, ਬੜਾ ਸਿਰ ਫਟ ਗਿਆ ਮੇਰਾ। ਹਾਏ ਰੱਬਾ, ਇਹਦੇ ਨਵਾਂ ਹੀ ਸਿਆਪਾ ਪੈ ਗਿਆ, ਪਹਿਲਾਂ ਤੇ ਮੈਂ ਕੋਈ ਪਰਵਾਹ ਹੀ ਨਹੀਂ ਕੀਤੀ ਕਿ ਗੱਲ ਕਿੰਨੀ ਕੁ ਖਿਲਰ ਜਾਣੀ ਆ, ਫਿਰ ਦੋ ਚਾਰ ਦਿਨ ਲੱਭਣਗੇ ਤੇ ਗੱਲ ਸਮੇਟੀ ਜਾਊਗੀ, ਪਰ ਹੁਣ ਤੇ ਸਿਆਪਾ ਹੋਰ ਹੀ ਪੈ ਗਿਆ ਵੀ ਇਹਨਾਂ ਥਾਣੇ ਰਿਪੋਰਟ ਦੇਤੀ ਆ, ਜੇ ਕਿਤੇ ਪੁਲਿਸ ਵਾਲਿਆਂ ਨੇ ਮੰਮੀ ਨੂੰ ਲੱਭ ਲਿਆ ਤੇ ਮੰਮੀ ਨੇ ਤੇ ਸਾਰਾ ਕੁਛ ਦੱਸ ਦੇਣਾ, ਇੰਨੇ ਹੋਸ ਹਵਾਸ ਤੇ ਮੰਮੀ ਦੇ ਨਹੀਂ ਗਏ ਹੈਗੇ, ਮਾੜਾ ਮੋਟਾ ਫਰਕ ਪਿਆ ਸੀ ਦਿਮਾਗ 'ਚ, ਕੋਈ ਜ਼ਿਆਦਾ ਤਾਂ ਨਹੀਂ ਹੈਗਾ। ਹਾਏ ਰੱਬਾ, ਹੁਣ ਮੈਂ ਕੀ ਕਰਾਂ, ਮੈਨੂੰ ਸਮਝ ਨਹੀਂ ਆਉਂਦੀ। ਇੱਦਾਂ ਕਰਦੀ ਹਾਂ, ਆਪਣੇ ਭਰਾ ਨੂੰ ਫੋਨ ਕਰਦੀ ਹਾਂ ਪਹਿਲਾਂ ਤੇ ਉਹਨੂੰ ਪੁੱਛਦੀ ਹਾਂ ਕਿ ਭਲਾ ਮੰਮੀ ਨੂੰ ਕਿੱਥੇ ਸੁੱਟ ਕੇ ਆਇਆ ਵਾਂ, ਕੋਈ ਸਬੂਤ ਤਾਂ ਨਹੀਂ ਛੱਡਿਆ ਉੱਥੇ। ਹਾਏ ਹਾਏ ਵੇ, ਫੋਨ ਚੁੱਕ ਲਾ। ਹੈਲੋ ਹੈਲੋ ਵੀਰ ਜੀ, ਸਤਿ ਸ੍ਰੀ ਅਕਾਲ। ਸਤਿ ਸ੍ਰੀ ਅਕਾਲ, ਹੋਰ ਸੁਣਾਓ ਕੀ ਹਾਲ ਚਾਲ ਆ? ਬਾ ਬੜੇ ਵਧੀਆ, ਠੀਕ ਠਾਕ ਆ, ਤੂੰ ਸੁਣਾ? ਆਪਣਾ ਵੀ ਠੀਕ ਠਾਕ ਆ। ਤੇ ਕਿੱਦਾਂ ਉਹ ਮਾਤਾ ਵਾਲਾ ਕੰਮ ਹੋਇਆ ਵਾ ਕਿ ਨਹੀਂ? ਹੋ ਗਿਆ ਹੋ ਗਿਆ। ਤੇ ਕਿੱਥੇ ਜੇ ਸੁੱਟਿਆ ਸੀ ਉਹਨੂੰ? ਉਹਨੂੰ ਮੈਂ ਬੜੀ ਦੂਰ ਸੁੱਟਿਆ, ਸੁੰਨਸਾਨ ਜਗ੍ਹਾ ਤੇ। ਕਿਸੇ ਨੇ ਵੇਖਿਆ ਤੇ ਨਹੀਂ ਲਾਗੇ ਸਾਗੇ? ਨਾ ਨਾ, ਕਿਸੇ ਨਹੀਂ ਵੇਖਿਆ, ਸੁੰਨਸਾਨ ਪਈ ਬਿਲਕੁਲ। ਅੱਛਾ, ਮੇਰੇ ਤੇ ਭਰਾਵਾ ਸਾਰਾ ਹੀ ਸੁੱਕੇ ਪਏ ਸੀ ਤੇ, ਪਿਓ ਨਾ ਹੋਵੇ ਕਿਸੇ ਨੂੰ ਮਾਤਾ ਲੱਭ ਜੇ ਤੇ ਮੇਰੇ ਗੱਲ ਸਿਆਪਾ ਪੈ ਜੇ। ਉਹ ਨਹੀਂ, ਤੂੰ ਕਦੋਂ ਡਰੀ ਜਾਂਦੀ ਆ, ਬਿਲਕੁਲ ਸੁਭਾਅ ਨਹੀਂ ਹੈਗੀ ਲੱਭਣ ਦੀ। ਚੱਲ ਚੰਗਾ ਵਾ ਭਰਾਵਾ। ਤੇ ਹੋ ਆਪਣਾ ਉਹ ਦੂਜਾ ਮਾਰਾ ਇੱਧਰ ਨੇੜੇ ਤੇੜੇ ਨਹੀਂ ਸੁੱਟਣਾ ਉਹਨੂੰ ਕਿਤੇ? ਮੈਂ ਤੈਨੂੰ ਕਹੀ ਦੀ ਜਾਂਦਾ ਕਿ ਮੈਂ ਬੜੀ ਦੂਰ ਜਾ ਕੇ ਸੁੱਟਿਆ। ਮੈਂ ਕੋਈ ਵਾਕਬ ਵੂਕ ਬਣਾ ਉਹਨੂੰ ਵੇਖ ਲੈ ਤੇ ਪਛਾਣ ਕੇ ਮੁੜ ਕੇ ਇੱਥੇ ਘਰ ਨੂੰ ਲੈ ਆਵੇ, ਤੇ ਤੈਨੂੰ ਪਤਾ ਵਾ ਉਹਦਾ ਇੰਨਾ ਦਿਮਾਗ ਤੇ ਹਿੱਲਿਆ ਨਹੀਂ ਹੈ, ਤੇ ਉਹਨੇ ਤਾਂ ਸਾਰਾ ਕੁਝ ਸੱਚ ਬਕ ਦੇਣਾ ਵਾ। ਨਹੀਂ ਨਹੀਂ, ਤੂੰ ਡਰੀ ਨਾ ਯਾਰ, ਉਹ ਮੈਂ ਕੰਮ ਕਰਤਾ ਟਿਕਾਣ ਲਾਤੀ ਹੈ, ਤੂੰ ਟੈਨਸ਼ਨ ਨਾ ਲੈ। ਹਿਲਦੀ ਜੁਲਦੀ ਤੇ ਨਹੀਂ? ਨਹੀਂ ਨਹੀਂ, ਬਿਲਕੁਲ ਵੀ ਉਸੇ ਹਾਲਤੀ ਜੀ। ਚੱਲ ਠੀਕ ਆ ਫਿਰ, ਚੱਲ ਹੁਣ ਫਿਰ ਮੈਂ ਫੋਨ ਕੱਟਦੀ ਹਾਂ ਤੇ ਤੇਰੇ ਭਾਅ ਜੀ ਨੂੰ ਮੈਂ ਸਿਰ ਪੀੜ ਦੀ ਦਵਾਈ ਦੇਵਾਂ ਤੇ ਬਾਅਦ 'ਚ ਗੱਲ ਕਰੂੰਗੀ। ਚੰਗਾ ਚੰਗਾ ਚੰਗਾ, ਓਕੇ। ਚੱਲ ਆ ਵੀ ਚੰਗਾ ਹੋਇਆ ਜਿਹੜਾ ਦੂਰ ਹੀ ਸੁੱਟ ਕੇ ਆਇਆ ਵਾ, ਜੇ ਕਿਤੇ ਨੇੜੇ ਤੇੜੇ ਸੁੱਟੀ ਹੁੰਦੀ ਤੇ ਹੁਣ ਨੂੰ ਵੈਸੇ ਲੱਭ ਵੀ ਜਾਣੀ ਸੀਗੀ। ਓਦਾਂ ਇੱਕ ਗੱਲ ਹੈਗੀ ਮੇਰੇ ਭਰਾ ਦੀ, ਜਿਹੜੇ ਵੀ ਕੰਮ ਨੂੰ ਹੱਥ ਪਾਉਂਦਾ ਵਾ ਨਾ ਪੱਕੇ ਹੀ ਪਾਉਂਦਾ ਵਾ, ਹੀਰੇ ਦੀ ਇਦੂ ਗੱਲੋਂ ਸਿਫਤ ਵਾ। ਓਦਾਂ ਤੇ ਮੈਨੂੰ ਟੈਨਸ਼ਨ ਹੀ ਪਈ ਸੀਗੀ ਵੀ ਪਤਾ ਨਹੀਂ ਕਿਤੇ ਨੇੜੇ ਤੇੜੇ ਨਾ ਸੁੱਟਿਆ ਹੋਵੇ, ਮੇਰੇ ਤੇ ਸਾਹ ਹੀ ਸੁੱਕੇ ਪਏ ਸੀਗੇ। ਆ ਜਿਹੜੀ ਗੋਲੀ ਸਿਰ ਪੀੜ ਦੀ ਉਹਨਾਂ ਨੂੰ ਦੇਣ ਲੱਗੀ ਸੀ ਨਾ, ਇਹਦੇ ਵਿੱਚੋਂ ਇੱਕ ਮੈਨੂੰ ਵੀ ਖਾਣੀ ਪੈਣੀ ਸੀਗੀ। ਚੱਲ ਹੁਣ ਉਹਨਾਂ ਨੂੰ ਤੇ ਸਿਰ ਪੀੜ ਦੀ ਗੋਲੀ ਦਵਾਂ, ਇਹ ਕੰਮ ਤੇ ਠੀਕ ਠਾਕ ਹੋ ਗਿਆ। ਰਾਜਿੰਦਰ, ਹਾਂਜੀ,
ਉਰੇ ਆ ਯਾਰ ਫੜਾ ਕੇ ਮੈਨੂੰ ਕੱਪੜੇ ਮੈਂ ਕਾਵਾਂ ਆਉਣੀ ਆ ਪੈਂਟ ਤੇ ਪਾਈ ਆ ਕਮੀਜ਼ ਹੀ ਫੜਨੀ ਆ ਭਈ ਫੜ ਲੈਂਦੇ ਲਿਆਗਾ ਯਾਰ ਮੈਂ ਇੰਜੀਨੀਅਰ ਨੂੰ ਹੋਵਾਂ ਕੱਲ੍ਹ ਨੂੰ ਫੇਰ ਨਹੀਂ ਆਇਆ ਮਸ਼ੀਨਾਂ ਮਸ਼ੀਨਾਂ ਸੈੱਟ ਕਰਦੇ ਰਹਿਣਾ ਬਟੀਕ ਦੇ ਵਿੱਚ ਤੇ ਮਹਾਂ ਅੱਗੇ ਟਾਈਮ ਲੱਗਾ ਵਾ ਤੂੰ ਟੈਨਸ਼ਨ ਨਾ ਲੈ ਆਪਣਾ ਹੀ ਆ ਜੇ ਠੇਕੇਦਾਰ ਉਹਨੇ ਉਹਦੇ ਕੋਲ ਮੈਂ ਪਹਿਲਾਂ ਕੰਮ ਕਰਦਾ ਰਿਹਾ ਹੋ ਸਕਦਾ ਕਿ ਵੀਦਾ ਥੋੜਾ ਬਜ਼ਾਰ ਰੇਟ ਘਟਾ ਦੇ ਆਹੋ ਉਹ ਤੁਹਾਨੂੰ ਅਗਲੇ ਦੀ ਮਰਜ਼ੀ ਆ ਅੱਗੇ ਉਹਨਾਂ ਆਹੋ ਕਰੂੰਗਾ ਗੱਲ ਉਦਾਂ ਤੇ ਚਲੋ ਜਾਓ ਇੱਥੇ ਨਾ ਟਾਈਮ ਲਾਈਓ ਤੇ ਜਾਓ ਚਲ ਠੀਕ ਆ ਬੁੱਧੇ ਬਾਦੇ ਠੀਕ ਆ ਬੁੱਧੇ ਬਾਦੇ ਠੀਕ ਆ ਉੱਥੇ ਕਿਹੜਾ ਵੇਖਣਾ ਕਿਸੇ ਨੇ ਜਾਣਾ ਤੇ ਪੰਜੀਰੇ ਕੋ ਵਾ ਚਲ ਠੀਕ ਆ ਫਿਰ ਚੰਗਾ ਭਾਜੀ ਭਾਜੀ ਹਾਂਜੀ ਕੌਣ ਆਇਓ ਮਾੜਾ ਜਿਹਾ ਇੱਕ ਮਿੰਟ ਵੇਟ ਕਰੋ ਜਰਾ ਬੈਠੋ ਮੈਨੂੰ ਬੜੀ ਖੁਸ਼ੀ ਹੈ ਕਿ ਤੁਸੀਂ ਮੇਰੇ ਵੱਲ ਆਏ ਹੋ ਬਾਕੀ ਬਹੁਤ ਮਿਹਨਤ ਕੀਤੀ ਬਹੁਤ ਦਿਹਾੜੀ ਕੀਤੀਆਂ ਬਹੁਤ ਸਾਡੀ ਲੇਬਰ ਦੇ ਨਾਲ ਦੋਸਤੀ ਨਾਲ ਮੈਨੂੰ ਯਾਦ ਆ ਸਿਰੇ ਤੋਂ ਬਹੁਤ ਮਿਹਨਤ ਕੀਤੀ ਮੈਨੂੰ ਬੜੀ ਖੁਸ਼ੀ ਹੋਈ ਪਹਿਲਾਂ ਦੇਖੋ ਤੂੰ ਦਿਹਾੜੀਆਂ ਕਰਦਾ ਸੀ ਅੱਜ ਤੂੰ ਇੱਥੇ ਤੀਕਾ ਪਹੁੰਚ ਗਿਆ ਕਿ ਆਪਣਾ ਪਲਾਂਟ ਵੀ ਲੈ ਲਿਆ ਇਹ ਲੋਕਾਂ ਵਾਸਤੇ ਤੂੰ ਐਗਜ਼ਾਮਪਲ ਬਣ ਗਿਆ ਬਹੁਤ ਅਗਲੀ ਠੀਕ ਹੈ ਭਾਜੀ ਮਿਹਨਤ ਤੇ ਆਪਾਂ ਸੱਚੇ ਦਿਲ ਨਾਲ ਕੀਤੀ ਆ ਹਾਂਜੀ ਹਾਂਜੀ ਤੇ ਮਹਾਰਾਜ ਨੇ ਚਲੋ ਦਿੱਤਾ ਵੀ ਬੜਾ ਹੋ ਜਾ ਨਹੀਂ ਸਹੀ ਗੱਲ ਦੇਖੋ ਮਿਹਨਤ ਦਾ ਫਲ ਤੇ ਮਿਲਣਾ ਹੈ ਠੀਕ ਹੈ ਬਾਕੀ ਤੁਸੀਂ ਨਕਸ਼ਾ ਬਣਾਇਆ ਹੋਣਾ ਦਿਖਾ ਦਿਓ ਮੈਨੂੰ ਠੀਕ ਆ ਬਹੁਤ ਵਧੀਆ ਬਣਾਇਆ ਨਕਸ਼ਾ ਹਾਂਜੀ ਕੋਈ ਨੀ ਹੋ ਜਾਏ ਬਿਲਡਿੰਗ ਤੁਹਾਡੀ ਤਿਆਰ ਹੋ ਜਾਏਗੀ ਕੋਈ ਗੱਲ ਨਹੀਂ ਠੀਕ ਹੈ ਜੀ ਸਰ ਬਹੁਤ ਵਧੀਆ ਨਕਸ਼ਾ ਜੀ ਹਾਂਜੀ ਹਾਂਜੀ ਬਹੁਤ ਵਧੀਆ ਬਣਾਇਆ ਬਾਕੀ ਇਹ ਟ੍ਰਿਪਲ ਸਟੋਰੀ ਆ ਹਾਂਜੀ ਹਾਂਜੀ ਬੜੀ ਵਧੀਆ ਇਹ ਆ ਕਿ ਚਲੋ ਹੁਣ ਤੁਮ ਇੱਥੇ ਮਾਨਤਾ ਨਾਲ ਆਇਆ ਵਾ ਤੇਰਾ ਘੱਟ ਰੇਟ 'ਚ ਆਪਾਂ ਬਿਲਕੁਲ ਗੁੱਠੀ ਤੁਹਾਡੀ ਤਿਆਰ ਕਰਾਂਗੇ ਧੰਨਵਾਦ ਭਾਈ ਜਿਹੜਾ ਤੁਸੀਂ ਇੰਨਾ ਮਾਣ ਬਖਸ਼ਿਆ ਤੇ ਬਾਕੀ ਆ ਜੋ ਵੀ ਕੋਈ ਜਵਾ ਵਾਹਿਗੁਰੂ ਦੀ ਕਿਰਪਾ ਨਾਲ ਹੀ ਮਿਲਿਆ ਆ ਠੀਕ ਹੈ ਠੀਕ ਹੈ ਉਹ ਵਾਹਿਗੁਰੂ ਦੀ ਕਿਰਪਾ ਹੀ ਚਾਹੀਦੀ ਹੈ ਜੀ ਹਾਂਜੀ ਅਸਲ ਤੁਹਾਡੇ ਮਿਹਨਤ ਦਾ ਫਲ ਮਿਲਿਆ ਤੁਹਾਨੂੰ ਠੀਕ ਹੈ ਬਸ ਬਸ ਜੀ ਮਿਹਨਤ ਦਾ ਫਲ ਮਿਲਿਆ ਬਹੁਤ ਮਿਹਨਤ ਕੀਤੀ ਤੁਸੀਂ ਚਲੋ ਅੱਲਾਹ ਤੇ ਹੁਣ ਤੁਸੀਂ ਇੱਥੇ ਤੱਕ ਪਹੁੰਚ ਗਏ ਹੋ ਬੜੀ ਖੁਸ਼ੀ ਤੇ ਚੱਲੀਏ ਫਿਰ ਆਪਾਂ ਹਾਂਜੀ ਨਹੀਂ ਦੋ ਮਿੰਟ ਚਾਹ ਪੀ ਕੇ ਚੱਲਦੇ ਨਹੀਂ ਨਹੀਂ ਭਾਜੀ ਕਿਸੇ ਚੀਜ਼ ਦੀ ਲੋੜ ਨਹੀਂ ਆ ਤੁਹਾਡੇ ਕੋਲ ਟਾਈਮ ਹੈਗਾ ਤੇ ਚਲੋ ਚੱਲੀਏ ਇੱਥੇ ਪਲਾਂਟ ਜਿੱਥੇ ਕੰਮ ਸਟਾਰਟ ਕਰਨਾ ਆ ਤੇ ਤੁਹਾਨੂੰ ਮੈਂ ਕਰੀ ਉੱਥੇ ਵਿਖਾ ਲਿਆਉਣਾ ਠੀਕ ਹੈ ਚਲੋ ਕੋਈ ਗੱਲ ਨਹੀਂ ਹੈਨਾ ਮੈਂ ਫ੍ਰੀ ਹਾਂ ਚਲੋ ਠੀਕ ਹੈ ਹਾਂਜੀ ਆ ਰੱਖ ਠੀਕ ਹੈ ਇੱਕ ਕਰੀ ਵੇਖ ਲਓਗੇ ਤੁਹਾਨੂੰ ਪਤਾ ਲੱਗੂ ਸਾਰਾ ਹੈਨਾ ਓਕੇ ਆ ਪਲਾਂਟ ਜੇ ਭਾਜੀ ਆਪਣਾ ਓਕੇ ਆ ਕੰਨ ਤੋਂ ਲੈ ਕੇ ਉਹ ਕੰਨ ਤੱਕ ਉਹ ਕੰਨ ਤੋਂ ਝੋਨੇ ਤੱਕ ਹਾਂਜੀ ਹਾਂਜੀ ਉਧਰੋਂ ਝੋਨੇ ਤੱਕ ਵੈਰੀ ਗੁੱਡ ਬਹੁਤ ਵਧੀਆ ਮੱਲਾਂ ਮਾਰੀਆਂ ਵੀ ਇਹ ਬਹੁਤ ਵਧੀਆ ਪਲਾਂਟ ਲਿਆ ਹਾਂਜੀ ਤੇ ਆਹ ਵੇਖ ਲਓ ਨਕਸ਼ੇ ਦਾ ਪਾਣੀ ਦਾ ਨਿਕਾਸ ਇਸ ਲਈ ਸੀਵਰਿੰਗ ਪਈ ਹੋਈ ਹੈ ਨਾ ਹਾਂਜੀ ਹਾਂਜੀ ਇਹ ਸਿੱਧਾ ਬਾਹਰ ਚ ਜਾਣਾ
ਠੀਕ ਹੈ ਠੀਕ ਹੈ ਹਾਂਜੀ ਆਹ ਸੀਰਮ ਪਈ ਹੈ ਹਾਂਜੀ ਥੱਲੇ ਪੂਰੇ ਪਏ ਹੋਏ ਅੰਡਰਗਰਾਊਂਡ ਹਾਂਜੀ ਠੀਕ ਹੈ ਠੀਕ ਤੇ ਇੱਧਰ ਛੱਡ ਦੇ ਮਿੱਟੀ ਪਾਉਣ ਵਾਲੀ ਉਹ ਬਸ ਆਪਾਂ ਥੋੜ੍ਹੇ ਦਿਨ ਦਾ ਫਾਇਦਾ ਬਣਾ ਜਿੱਦਾਂ ਤੁਸੀਂ ਕੋਠੀ ਬਹੁਤ ਵਧੀਆ ਬਣੇਗੀ ਇੱਥੇ ਅੱਛਾ ਜੀ ਤੁਸੀਂ ਜੋ ਜੋ ਕੋਈ ਕਹੋਗੇ ਉਹੀ ਆਪਾਂ ਬਣਾ ਦੇਵਾਂਗੇ ਠੀਕ ਹੈ ਠੀਕ ਹੈ ਸਾਡੇ ਕੋਲ ਮਿਸਤਰੀ ਬਹੁਤ ਵਧੀਆ ਵਾ ਹਾਂਜੀ ਜਿੱਦਾਂ ਵੀ ਕਹੇਗਾ ਉੱਦਾਂ ਦਾ ਕੰਮ ਤਾਂ ਤਿਆਰ ਕਰ ਦਿੰਦੇ ਠੀਕ ਆ ਹਾਂਜੀ ਆਹ ਫਿਲਹਾਲ ਤੁਸੀਂ ਜੇ ਕੋਠੀ ਉਹ ਭਾਅ ਜੀ ਉੱਧਰਲੇ ਬਣੇ ਥੋੜ੍ਹੀ ਜਿਹੀ ਮਗਰ ਨੂੰ ਵੀ ਜਗ੍ਹਾ ਹੈਗੀ ਹੈ ਦੋ ਤਿੰਨ ਮਰਲੇ ਠੀਕ ਹੈ ਠੀਕ ਹੈ ਜੋ ਜੋ ਤੁਸੀਂ ਕਹਿੰਦੇ ਜਾਓਗੇ ਉਹੀ ਬਣਾਈ ਜਾਵਾਂਗੇ ਹਾਂਜੀ ਠੀਕ ਹੈ ਦੁਬਾਰਾ ਨਕਸ਼ਾ ਦਿਖਾਇਓ ਮਾੜਾ ਜਿਹਾ ਨਕਸ਼ਾ ਅੱਛਾ ਅੱਛਾ ਫਰੰਟ ਉਹ ਸੜਕ ਦੇ ਨਾਲ ਫਿਰ ਲੱਗਦਾ ਇੱਕ ਰੋਡ ਉਹ ਦਰਵਾਜ਼ਾ ਹਾਂਜੀ ਉਧਰ ਨੂੰ ਹੈਗਾ ਰਾਹ ਉਧਰ ਨੂੰ ਵੀ ਇਹ ਵੀ ਰੋਡ ਇਹ ਮੇਨ ਰੋਡ ਆ ਇਹ ਮੇਨ ਰੋਡ ਠੀਕ ਹੈ ਠੀਕ ਹੈ ਬਹੁਤ ਵਧੀਆ ਬਹੁਤ ਵਧੀਆ ਆ ਲੈਟਰ ਤਾਂ ਲੱਗੀਆਂ ਜਿਹੜਾ ਤੁਹਾਡਾ ਨਕਸ਼ਾ ਬਹੁਤ ਜਿਹਾ ਤਿਆਰ ਕੀਤਾ ਇੰਜੀਨੀਅਰ ਨੇ ਹਾਂਜੀ ਹਾਂਜੀ ਇਹ ਵੇਖ ਲਓ ਵੀ ਹੁਣ ਤੁਸੀਂ ਇਹਦੇ ਤੇ ਇੱਥੇ ਸਾਰਾ ਜੋ ਬਣਿਆ ਡਿਜ਼ਾਈਨ ਇਹੋ ਹੀ ਕਰਨਾ ਹੈ ਪੂਰਾ ਓਕੇ ਹਾਂਜੀ ਤਕਰੀਬਨ 15 ਤੋਂ 20 ਮਰਲੇ ਹੋਏਗਾ ਨਾ ਹਾਂਜੀ ਨਾ ਹੈਗਾ ਪਾਰਕਿੰਗ ਵਾਸਤੇ ਵਧੀਆ ਜਗ੍ਹਾ ਬਣ ਜਾਣੀ ਸਾਡੀ ਪਰਲੀ ਸਾਈਡ ਬਣ ਜਾਣੀ ਇਧਰਲੀ ਸਾਈਡ ਬਣ ਜਾਣੀ ਸੈਂਟਰ 'ਚ ਆਪਾਂ ਕੋਠੀ ਤਿਆਰ ਕਰ ਦਿੰਦੇ ਪਾਰਕਿੰਗ ਇੱਧਰ ਹੀ ਆ ਜੀ ਆਪਾਂ ਬਣਾਉਣੀ ਕਿਉਂਕਿ ਮੇਨ ਰੋਡ ਖੁੱਲ੍ਹਾ ਹੈ ਥੋੜ੍ਹਾ ਓਕੇ ਓਕੇ ਹਾਂਜੀ ਜਿਹੜਾ ਇੱਧਰੋਂ ਗੱਡੀਆਂ ਸਿੱਧੀਆਂ ਨਹੀਂ ਇਹ ਬਾਹਰਲੀ ਪਾਰਕਿੰਗ ਜਦੋਂ ਅੰਦਰ ਗੱਡੀ ਲਾਉਣ ਵਾਸਤੇ ਹਾਂਜੀ ਹਾਂਜੀ ਠੀਕ ਹੈ ਬਹੁਤ ਵਧੀਆ ਵਿਊ ਆ ਨਾਲ ਪਿੰਡ ਲੱਗਦਾ ਇੱਧਰ ਸ਼ਹਿਰ ਆਪਣਾ ਹੈ ਨਾ ਹਾਂਜੀ ਹਾਂਜੀ ਇੱਧਰ 1 ਕਿਲੋਮੀਟਰ ਤੱਕ ਬਹੁਤ ਟਿਕਾਣੇ ਜਗ੍ਹਾ ਲਈ ਤੇ ਬੜੀ ਖੁਸ਼ੀ ਹੋਈ ਬਹੁਤ ਵਧੀਆ ਇੱਥੇ ਜਗ੍ਹਾ ਵੀ ਬਹੁਤ ਟਿਕਾਣੇ ਆ ਹਾਂ ਬਾਅਦ ਮੈਂ ਭਾਈ ਮਾਲਕ ਦੀ ਕਿਰਪਾ ਚਾਹੀਦੀ ਆ ਕੰਮ ਦੇ ਸਾਰੇ ਹੋ ਜਾਂਦੇ ਮੈਂ ਤਾਂ ਮਿਹਨਤ ਕਰਨ ਨਾਲ ਚਾਹੀਦਾ ਬਹੁਤ ਵਧੀਆ ਭਾਜੀ ਤੁਹਾਡਾ ਤਾਂ ਤੁਸੀਂ ਸਾਰਾ ਵੇਖ ਹੀ ਲਿਆ ਵਾ ਹਾਂਜੀ ਬਿਲਕੁਲ ਜੀ ਬਿਲਕੁਲ ਤੇ ਸਟਾਡੀਅਮ ਮਟੀਰੀਅਲ ਮਟੀਰੀਅਲ ਕੰਮ ਸਟਾਰਟ ਕਰ ਦਿਓ ਫਿਰ ਜੇ ਰੁਕ ਜਾਓ ਅਜੇ ਮੇਰੀ ਲੇਬਰ ਘੱਟੋ ਘੱਟ 3-4 ਜਗ੍ਹਾ ਤੇ ਲੱਗੀ ਹੋਈ ਆ ਹਾਂਜੀ ਬਾਕੀ ਜਿਨ੍ਹਾਂ ਨਾਲ ਤੁਸੀਂ ਕੰਮ ਕੀਤਾ ਤੁਹਾਨੂੰ ਪਤਾ ਹੀ ਆ ਵਜ਼ੀਰ ਹੁਣੀ ਹਾਂਜੀ ਉਹ ਵੀ ਇਸ ਟਾਈਮ ਤੇ ਕੋਠੀ ਪਾ ਰਹੇ ਆ ਇੱਕ ਰਾਮੂ ਹੁਣੀ ਲੱਗੇ ਪਏ ਆ ਵੀ ਅੱਛਾ ਅੱਛਾ ਜੀ ਤੇ ਉਹ ਤਕਰੀਬਨ 1.5 ਮਹੀਨਾ ਲੱਗ ਜਾਣਾ ਵਾ ਠੀਕ ਹੈ ਤੇਰਾ ਕੰਮ ਹੋ ਜਾਏਗਾ ਕੋਈ ਵਧੀਆ ਹੋਏਗਾ ਕੰਮ ਕੋਈ ਟੈਨਸ਼ਨ ਨਹੀਂ ਠੀਕ ਆ ਕੋਈ ਨਹੀਂ ਫਿਰ ਉਦੋਂ ਸਟਾਲਾਂਗੇ ਨਾਲੇ 4 ਪੈਸੇ ਹੋਰ ਜਮਾ ਕਰ ਲਈਏ ਹਾਂ ਬਾਕੀ ਜਦੋਂ ਤੁਸੀਂ ਦੱਸ ਦਿਓ ਜਦੋਂ ਤੁਸੀਂ ਤੁਹਾਡੇ ਕੋਲ ਪੈਸੇ ਹੋ ਜਾਣਗੇ ਜਾਂ ਫਿਰ ਨਹੀਂ ਸਾਡੇ ਕੋਲ ਦੇਖੋ ਆ ਕੋਹ ਤਾਂ ਆਪਾਂ ਦੇ ਤੁਹਾਡੇ ਵੱਲੋਂ ਭਾਵੇਂ ਤੁਸੀਂ ਸਵੇਰੇ ਕਰ ਦਿਓ ਤੁਸੀਂ ਕਹੀ ਜਾਂਦੇ 1.5-2 ਮਹੀਨੇ ਨਹੀਂ ਉਹ ਟਾਈਮ ਲੱਗੇਗਾ ਕੋਈ ਗੱਲ ਚਲੋ ਕਹਿ ਰਹੇ ਨਾ ਪੈਸੇ ਮੰਨ ਲਓ ਠੀਕ ਹੈ ਠੀਕ ਹੈ ਨਹੀਂ ਉਹ ਤਾਂ ਮੈਂ ਵੈਸੇ ਕਹਿਣ ਦਾ ਵੀ ਚੱਲ ਨਹੀਂ ਕੋਈ ਗੱਲ ਨਹੀਂ ਬਸ 1.5 ਮਹੀਨਾ ਲੱਗੇਗਾ ਲੇਬਰ ਫ੍ਰੀ ਹੁੰਦੀ ਹੈ ਉਸੇ ਟਾਈਮ ਤੁਹਾਨੂੰ ਫੋਨ ਕਰ ਦੂੰਗਾ ਠੀਕ ਹੈ ਜੀ ਠੀਕ ਹੈ ਜਾਂ ਤੁਸੀਂ ਆਪ ਪਤਾ ਕਰ ਲਓ ਠੀਕ ਹੈ ਠੀਕ ਹੈ ਹਾਂਜੀ ਕੋਈ ਨਹੀਂ ਮੈਂ ਤੁਹਾਨੂੰ ਫੋਨ ਕਰਦਾ ਰਹੂੰਗਾ ਹਾਂ ਪਲਾਂਟ ਤੇ ਪਹਿਲਾਂ ਲਾ ਰਹੇ ਸੀ ਲੈਣ ਜਗ੍ਹਾ ਲੈਣ ਤੋਂ ਪਹਿਲਾਂ ਨਹੀਂ ਭਾਜੀ ਗੱਲ ਹੀ ਕੀਤੀ ਇਹਨਾਂ ਨੇ ਤੇ ਇਹ ਬੰਦੇ ਕਿਸੇ ਨੇ ਲਿਆ ਸੀ ਤੈਨੂੰ ਪੈਸੇ ਦੀ ਲੋੜ ਸੀ ਓਕੇ ਤੇ ਫਿਰ ਆਪਾਂ ਉਹਨਾਂ ਕੋਲ ਲੈ ਲਿਆ ਕੋਈ ਨਹੀਂ ਤੁਸੀਂ ਫਰੰਟ ਤੇ ਬਾਹਰ ਲਵਾ ਸਕਦੇ ਹੋ ਬੂਟੇ ਨਵੇਂ ਵਧੀਆ ਵਧੀਆ ਲਾ ਸਕਦੇ ਹੋ ਆਹ ਕਰਾਂਗੇ ਕੋਈ ਨਾ ਕੋਈ ਠੀਕ ਠੀਕ ਹੈ ਹਾਏ ਉੱਠਿਆ ਨਹੀਂ ਜਾਂਦਾ ਹਾਏ ਪਤਾ ਨਹੀਂ ਲੱਗਣ ਡਿਆ ਮੈਂ ਕਿੱਥੇ ਪਈ ਆ ਹਾਏ ਰੱਬਾ ਉੱਠਾ ਤੇ ਸਹੀ ਹਾਏ ਹਾਏ ਮੇਰੇ ਕੋਲ ਨਹੀਂ ਉੱਠਿਆ ਜਾਂਦਾ ਹਾਏ ਕੋਈ ਮਾਰ ਕੇ ਨਾ ਸੁੱਟ ਕੇ ਗਿਆ ਹੋਵੇ ਕੋਈ ਨਹੀਂ ਵੇਚ ਲਈਏ ਮਾੜਾ ਜਿਹਾ ਵੇਚ ਲੈਂਦੇ ਯਾਰ ਵੀ ਰਿਪੋਰਟ ਕਰ ਦਾਂਗੇ ਆਹੋ ਉਹੀ ਨਾ